1000 ਇਹ ਭਾਈ ਤੇ 68000 ਪਾਉਂਡ ਇੰਗਲੈਂਡ ਵਿੱਚ ਹੋਈ ਗਿਆ। ਮੈਂ ਇਸ ਵਾਰ ਬਣਾਇਆ ਕਿ ਇਹ ਗੱਲਾਂ ਰਿਕਾਰਡ ਹੋਣੀਆਂ ਰਹਿਣ ਔਰ ਸਾਰਿਆਂ ਦੋਸਤਾਂ ਕੀ ਪਤਾ ਹੋਇਆ ਹੈ ਕਿ ਅਸਾਂ ਕੋਲ ਡੋਨੇਸ਼ਨ ਉਲਮਾ ਨੇ ਮੁਸਫਾ ਟਰਸਟ ਨੇ ਟੀਮ ਕੋਲ ਕਿਤਨੀ ਡੋਨੇਸ਼ਨ ਕਿ ਰਾਜਾ ਸਾਹਿਬ ਨੇ ਕਹੇ ਬੜੇ ਐਸਾ ਨਾਂ ਤੇ ਇਲਾਕੇ ਪਰ ਬੇਸ਼ਮਾਰ ਇਹਨਾਂ ਨੇ ਕੰਮ ਨੇ ਕੀ ਖੁਦ ਪਤਾ ਆ ਕਿ ਇਹਨਾਂ ਕਈ ਬੇਸ਼ਮਾਰ ਯਤੀਮ ਜੀ। ਅਸਲਾਮ ਅਲੈਕੁਮ ਜੀ, ਅਸਾਂ ਇਸ ਵੇਲੇ ਮੌਜੂਦ ਹਾਂ ਜੀ ਇੰਗਲੈਂਡ ਦੇ ਸ਼ਹਿਰ ਬਰਮਿੰਗਮ ਵਿੱਚ ਕਵੰਟਰੀ ਰੋਡ ਉੱਪਰ ਕਿੰਗ ਕੜਾਈ ਰੈਸਟੋਰੈਂਟ ਤੇ। ਕਿੰਗ ਕੜਾਈ ਦੇ ਓਨਰ ਸਾਡੇ ਭਾਈ ਰਾਜਾ ਵਿਸ਼ਾਲ ਖਾਨ ਸਾਹਿਬ ਨੇ ਆਫਿਸ ਮੌਜੂਦ ਆ ਖਤਾਇ ਪਠਵਾਰ ਤਹਿਸੀਲ ਗੁਜਰ ਖਾਨ ਲਾਈਕ ਸ਼ਹਿਰ ਆ ਜੱਬਲ ਜੱਬਲ ਸਾਡੇ ਭਾਈ ਉਲਮਾ ਨੇ ਮੁਸਤਫਾ ਟਰਸਟ ਨੇ ਚੇਅਰਮੈਨ ਚੌਧਰੀ ਮੁਹੰਮਦ ਇਸ਼ਤਿਆਕ ਸਾਹਿਬ ਇੱਕ ਸੈਂਟਰ ਬਣਾਉਣੇ ਪਿਆ ਦਿੱਤਾ ਬੱਚਾ ਸੈਂਟਰ ਜਿਸਨੇ ਤਕਰੀਬਨ ਲਾਗਤ 3 ਕਰੋੜ ਹੈ। ਉੱਥੇ ਜਿਹੜਾ ਜੀ ਕਰਾਇਆ ਸੀ ਤਾਂ ਚਾਰਟੀ ਡਿਨਰ ਵੀ ਕਰਾਇਆ ਸੀ ਨੇ ਉੱਥੇ ਵੀ ਸਾਰਿਆਂ ਇਲਾਕੇ ਦੇ ਦੋਸਤਾਂ ਨੇ ਸ਼ਮਾਤਾ ਉਹਨੂੰ ਕੀਤਾ। ਭਾਈ ਇਸ਼ਤਿਆਕ ਸਾਹਿਬ ਦੱਸਣ ਕਿ ਇਹਨਾਂ ਸਭ ਤੋਂ ਪਹਿਲਾਂ ਭਾਈ ਇਸ਼ਤਿਆਕ ਨੇ ਦੱਸਿਆ ਕਿ 65 ਡੋਨੇਸ਼ਨ ਕੀਤੀ ਸੀ ਤਾਂ ਅੱਜ ਵੀ ਨਾ ਆਪਣੀ ਮਜ਼ੀਦ ਡੋਨੇਸ਼ਨ ਕੀਤੀ ਤਾਂ ਕਿੰਨੀ ਮਜ਼ੀਦ ਡੋਨੇਸ਼ਨ ਕੀਤੀ ਨੇ ਉਸਨੇ ਵਾਲਾ ਨੂੰ ਪਛਤਾ ਕੋਲ ਆਪਣੇ ਪਸੰਦ ਜੀ ਬਿਸਮਿਲ੍ਲਾ ਜੀ ਉਸ ਬਿਲਾ ਨੇ ਸ਼ੈਤਾਨ ਰਾਜੀ ਬਿਸਮਿਲ੍ਲਾ ਰਹਿਮਾਨ ਰਹੀਮ। ਮੈਂ ਸਭ ਤੋਂ ਪਹਿਲਾਂ ਸੁਣੇ ਬੜੇ ਭਾਈ ਰਾਜਾ ਸ਼ਾਹ ਸਾਹਿਬ ਨੂੰ ਮਸ਼ਹੂਰ ਮਮਨੂਨ ਆ ਕਿ ਇਹਨਾਂ ਅੱਜ ਅਸਾਂ ਕਿ ਆਫਿਸ ਵਿੱਚ ਬੁਲਾਇਆ ਔਰ ਜੱਚਾ ਬੱਚਾ ਸੈਂਟਰ ਵਾਸਤੇ 1000 ਪਾਉਂਡ ਦੀ ਡੋਨੇਸ਼ਨ ਨਹੀਂ ਨਾ ਅਸਾਂ ਕਿ ਦਿੱਤੀ ਅੱਲਾਹ ਨੇ ਜ਼ਿਆਦਾ ਆਪਣੀ ਬਾਰਗਾਹ ਕਬੂਲ ਮਨਜ਼ੂਰ ਫਰਮਾ। ਇਸ ਤੋਂ ਪਹਿਲਾਂ ਅਸਾਂ ਇੱਕ ਇਵੈਂਟ ਕੀਤਾ ਸਾ ਜਿਸ ਦੇ ਵਿੱਚ ਸਾਰਿਆਂ ਦੋਸਤਾਂ ਕੀ ਪਤਾ ਹੈ ਕਿ 65000 ਪਾਉਂਡ ਇਕੱਠਾ ਹੋਇਆ ਸਾ ਜਿਹੜਾ ਇੰਗਲੈਂਡ ਵਿੱਚ। ਉਸ ਤੋਂ ਬਾਅਦ 1000 ਇਹ ਭਾਈ ਤੇ 68000 ਪਾਉਂਡ ਇੰਗਲੈਂਡ ਵਿੱਚ ਹੋਈ ਗਿਆ ਔਰ ਉਸ ਤੋਂ ਬਾਅਦ ਅਸਾਂ ਨੇ ਖਵਾਜਾ ਮਹਿਫੂਜ਼ ਸਾਹਿਬ ਉਹਨਾਂ ਨੂੰ ਮੈਂ ਮਸ਼ਹੂਰ ਮਮਨੂਨ ਹਾਂ ਜਿਹੜੇ ਡਿਸਪੈਂਸਰੀ 'ਚ ਗਏ ਔਰ ਉੱਥੇ 50000 ਰੁਪਇਆ ਡੋਨੇਸ਼ਨ ਦਿੱਤੀ ਹੈ ਉਹਨਾਂ ਵੀ। ਔਰ ਉਸ ਤੋਂ ਬਾਅਦ ਅਸਾਂ ਨੇ ਇੱਕ ਹੋਰ ਬਜ਼ੁਰਗ ਪੰਡੋਲੀ ਰਾਜਾਂ ਤੋਂ ਜਿਨ੍ਹਾਂ ਦੀ ਜਗ੍ਹਾ ਵੀ ਆ ਉਹਨਾਂ 50000 ਡੋਨੇਸ਼ਨ ਦਿੱਤੀ ਸੀ। ਮੈਂ ਇਸ ਵਾਰ ਬਣਾ ਹਾਂ ਕਿ ਇਹ ਗੱਲਾਂ ਰਿਕਾਰਡ ਹੋਣੀਆਂ ਰਹਿਣ ਔਰ ਸਾਰਿਆਂ ਦੋਸਤਾਂ ਕੀ ਪਤਾ ਹੋਇਆ ਹੈ ਕਿ ਅਸਾਂ ਕੋਲ ਡੋਨੇਸ਼ਨ ਉਲਮਾ ਨੇ ਮੁਸਫਾ ਟਰਸਟ ਨੇ ਟੀਮ ਕੋਲ ਕਿਤਨੀ ਡੋਨੇਸ਼ਨ ਆਈ ਹੈ। ਔਰ ਯਕੀਨ ਕਰ ਸੋ ਕਿ ਰਾਜਾ ਸਾਹਿਬ ਨੇ ਕਿਹਾ ਬੜੇ ਐਸਾ ਨਾਂ ਤੇ ਇਲਾਕੇ ਪਰ ਬੇਸ਼ੁਮਾਰ ਇਹਨਾਂ ਨੇ ਕੰਮ ਨੇ ਕੀ ਖੁਦ ਪਤਾ ਆ ਇਹਨਾਂ ਕਈ ਬੇਸ਼ੁਮਾਰ ਯਤੀਮ ਬੱਚੀਆਂ ਕੀ ਜਾਂ ਕਈਆਂ ਜਿਨ੍ਹਾਂ ਨੇ ਘਰ ਨਹੀਂ ਸਰਕਾਰ ਬਣਾਈ ਤਾਂ ਦਿੱਤੇ ਪੂਰੇ ਪੂਰੇ ਘਰ। ਮਿਕੀ ਇਸ ਗੱਲ ਦਾ ਇਲਮ ਹੈ ਔਰ ਮਿਕੀ ਫਖਰ ਹੈ ਕਿ ਅਸਾਂ ਉਸ ਇਲਾਕੇ ਨਾਲ ਤਲਕ ਰੱਖਦੇ ਹਾਂ ਜਿੱਥੇ ਨੇ ਬਜ਼ੁਰਗ ਜਾਂ ਅਸਾਂ ਨੇ ਬੜੇ ਭਾਈ ਐਸਾ ਕੰਮ ਕਰਨੇ ਪਏ ਅਸਾਂ ਨੂੰ ਉਸੇ ਨਕਸ਼ੇ ਕਦਮ ਉੱਪਰ ਚੱਲਣ ਦੀ ਕੋਸ਼ਿਸ਼ ਕਰਨਾ ਆ ਪਿਆ ਮੈਂ। ਤੇ ਮੈਂ ਇੱਕ ਵਾਰੀ ਫਿਰ ਰਾਜਾ ਸਾਹਿਬ ਤੁਸਾਂ ਨਾਲ ਮਸ਼ਹੂਰ ਮਨੂਨ ਆ ਆਪਣੀ ਤਰਫੋਂ ਔਰ ਆਪਣੀ ਪੂਰੀ ਗੁਲਾਮਾਨੇ ਮੁਸਤਫਾ ਟਰਸਟ ਦੀ ਟੀਮ ਦੀ ਤਰਫੋਂ ਇਹਦੇ ਲਈ ਤੁਸਾਂ 1000 ਪਾਉਂਡ ਅੱਜ ਫਿਰ ਕੈਸ਼ ਵਿੱਚ ਡੋਨੇਸ਼ਨ ਦਿੱਤੀ ਹੈ ਗੁਲਾਮਾਨੇ ਮੁਸਤਫਾ ਟਰਸਟ ਦੀ ਔਰ ਉਮੀਦ ਹੈ ਕਿ ਗੁਲਾਮਾਨੇ ਮੁਸਤਫਾ ਟਰਸਟ ਜਿਹੜਾ ਇਹ ਬੇੜਾ ਉਠਾਇਆ ਆਪਣਾ ਮਿਸ਼ਨ ਉਠਾਇਆ ਇਹ ਆਪਣੀ ਅੱਲਾਹ ਤਾਲਾ ਨੇ ਹੁਕਮ ਨਾਲ ਇਨਸ਼ਾਅੱਲਾ ਪੂਰੀ ਜਾਨ ਲਾਈ ਤੇ ਇਹ ਪ੍ਰੋਜੈਕਟ ਮੁਕੰਮਲ ਕਰ ਸੀ ਔਰ ਤੁਸਾਂ ਨੇ ਜਿਹੜੇ ਵੀ ਬੰਦਿਆਂ ਡੋਨੇਸ਼ਨ ਦਿੱਤੀ ਭਰਾ ਵਾਲਿਆਂ ਬਜ਼ੁਰਗਾਂ ਭੈਣਾਂ ਉਹਨਾਂ ਕੀ ਬਿਲਕੁਲ ਕੋਈ ਗਿੱਲਾ ਸ਼ਿਕਵਾ ਇਨਸ਼ਾਅੱਲਾ ਨਹੀਂ ਆਉਣਾ ਜਿਸ ਤਰੀਕੇ ਨਾਲ ਪਛਤਾ ਦੱਸਿਆ ਕਿ 68000 ਪਾਉਂਡ ਕਿਉਂਕਿ ਉਸ 68000 ਪਾਉਂਡ ਨੇ ਥੋੜੀ ਡਿਟੇਲ ਸੰਖੇ ਦੱਸ ਚੁੱਕਾ ਕਿਉਂਕਿ ਐਲਾਨਾਤ ਦੋਸਤਾਂ ਕਾਫੀ ਕੀਤੇ ਹੋਏ ਕੁਝ ਦੋਸਤਾਂ ਨੇ ਇਹਨਾਂ ਤੇ ਡੋਨੇਸ਼ਨ ਪਹੁੰਚ ਗਏ ਕਿਉਂਕਿ ਮੈਂ ਵੀਡੀਓ ਵਿੱਚ ਯਾਰ ਉਸ ਜਿਹੜਾ ਪਿਛਤ ਮੈਂ ਇੱਕ ਸਪੀਚ ਕੀਤੀ ਸੀ ਤੁਹਾਨੂੰ ਦੱਸਿਆ ਸੀ ਕਿ ਇਹਨਾਂ ਬੰਦਿਆਂ ਐਲਾਨ ਕੀਤੇ ਹੋਏ ਪਲੀਜ਼ ਜਾਣ ਨਾਲ ਜ਼ਿਆਦਾ ਜ਼ਿਆਦਾ ਕੋਸ਼ਿਸ਼ ਕਰੋ ਕਿਉਂਕਿ ਇਹਨਾਂ 7 ਮਾਹ ਪ੍ਰੋਜੈਕਟ ਕੰਪਲੀਟ ਕਰਨਾ ਤਾਂ ਪ੍ਰੋਜੈਕਟ 3 ਕਰੋੜ ਤੋਂ ਉੱਪਰ ਲਾਗਤ ਨਾ ਜਿਸ ਤਰੀਕਾ ਅੱਜ ਭਾਈ ਵਿਸ਼ਾਲ ਤੁਹਾਨੂੰ ਮਾਸ਼ਾਅੱਲਾ ਇੱਕ ਫੰਡ ਦਿੱਤਾ ਦੁਬਾਰਾ ਇਹਨਾਂ ਕਿ ਪਹਿਲੇ ਵੀ ਨਾ 65000 ਰੁਪਇਆ ਦਿੱਤਾ ਅੱਜ ਫਿਰ 1000 ਪਾਉਂਡ ਦਿੱਤਾ ਇਸ ਤਰੀਕੇ ਨਾਲ ਸਪੈਸ਼ਲ ਜਿਹੜੇ ਸਾਡੇ ਖਤਾਈ ਪਟਵਾਰ ਨੇ ਇਲਾਕਾ ਜੱਬਰ ਨੇ ਮਾਸ਼ਾਅੱਲਾ ਤਾਂ ਬੜੇ ਬੜੇ ਬਿਜ਼ਨਸਮੈਨ ਨੇ ਅੱਛਾ ਕਾਰੋਬਾਰ ਸਾਰਿਆਂ ਬਣਾਉਣ ਜਿਸ ਤਰੀਕੇ ਨਾਲ ਭਾਈ ਵਿਸ਼ਾਲ ਦੇ ਇੱਕ ਬੜੇ ਦਿਲ ਨਾਲ ਅੱਜ ਇੱਕ ਰਕਮ ਦਿੱਤੀ ਇਸ ਤਰੀਕੇ ਨਾਲ ਗੁਜ਼ਾਰਿਸ਼ ਕਰ ਸਾਰਾ ਦੋਸਤਾਂ ਦਾ ਵੀ ਜਿਸ ਤਰ੍ਹਾਂ ਆਪਾਂ ਇਸ਼ਤਿਆਕ ਕਰੋ ਨੇ ਟੀਮ ਕੰਮ ਕਰਨੀ ਵੀ ਤੁਸੀਂ ਨਾਲ ਜ਼ਿਆਦਾ ਤੋਂ ਜ਼ਿਆਦਾ ਤਾਉਣ ਕਰੋ ਤਾਂ ਕਿ ਉਹ ਜਿਹੜਾ ਸਾਡਾ ਪ੍ਰੋਜੈਕਟ ਹੈ ਅਲਹਮਦੁਲਿਲਾ 7 ਮਹੀਨਿਆਂ 'ਚ ਆਪਣੇ ਮੰਜ਼ਿਲ ਮੁਕਸਦ ਪਹੁੰਚਿਆ। ਅੱਲਾਹ ਪਾਕ ਇਹਨਾਂ ਨੇ ਇਹ ਜਿਹੜੀ ਰਕਮ ਹੈ ਆਪਣੀ ਬਰਗਾਹ ਕਬੂਲ ਕਰਿਆ। ਆਮੀਨ ਸੁਮਾਮੀਨ। ਥੈਂਕ ਯੂ।